हाँ जी, गुड मॉर्निंग जी। इंटरपाल चैनल दे विच थोड़ा सारे का स्वागत है, ते थोड़े अपने चैनल दे विच स्वागत है। अज आपां ये तड़के तड़के साजरे मोटर ते थोनू जीरी दे दर्शन कराउने आ, है ना वी। हुण आपां ने पाणी ओह अपनी सुकाउणी छड्डी हुई है जीरी, ਅਤੇ ਉਹ ਤੁਹਾਨੂੰ ਕਰਾਉਂਦੇ ਹਾਂ ਉਹਦੇ ਦਰਸ਼ਨ ਵੀ ਕਿਵੇਂ ਦੀ ਹੋਊਗੀ। ਅਤੇ ਜਿਹੜੀ ਆਪਾਂ ਨੇ ਜਿਹੜੀ ਹੁਣ ਲਾਈ ਸੀਗੀ ਉਹ ਵੀ ਤੁਹਾਨੂੰ ਦਿਖਾਉਂਦੇ। ਜਿਹੜੀ ਪਹਿਲੀ ਆ ਪੂਛ ਆਏ ਉਰੋਂ ਮਾੜੀ ਤਾਂ ਥੋੜ੍ਹੀ ਥੋੜ੍ਹੀ, ਕਿਉਂਕਿ ਇਹਦੇ ਵਿੱਚ ਆਪਾਂ ਉਰੇ ਆਹ ਸ਼ੌਂਕ ਆ ਜਾਂਦੀ ਆ ਦਰੱਖਤਾਂ ਦੀ, ਆਹ ਦੇਖੋ ਇਹਦੇ ਕਰਕੇ ਮਾੜੀ ਆ। ਅਤੇ ਆਹ ਆਹ ਜਿਹੜੀ ਆਪਣੀ ਜਿਹੜੀ ਹੁਣ ਲਾਈ ਸੀਗੀ ਦਰੱਖਤਾਂ ਦੀ ਸ਼ੌਂਕ ਕਰਕੇ ਉੱਥੋਂ ਮਾੜੀ ਆ ਜਿਹੜੀ ਉਹ, ਕਿਉਂਕਿ ਉੱਥੇ ਵਧਣਾ ਜ਼ਿਆਦਾ ਪੈ ਜਾਂਦੀ ਹੈ ਅਤੇ ਬੂਝਾ ਘੱਟ ਕਰਦੀ ਆ ਕਰਕੇ। ਅਤੇ ਆਹ ਆਪਣੀ ਉਹ ਜੀਰੀ ਇਹ ਵੀ ਜੜ ਗਈ ਆ। ਮੈਂ ਰਾਤ ਪਾਣੀ ਦੇ ਕੇ ਗਿਆ ਸੀ ਇਹਨੂੰ ਥੋੜ੍ਹਾ ਜਿਹਾ, ਬਸ 10 ਮਿੰਟ ਪਾਣੀ ਦਿੱਤਾ ਸਿਰਫ, ਕਿਉਂਕਿ ਫਿਰ ਜ਼ਿਆਦਾ ਪਾਣੀ ਇਹਨੂੰ ਤਾਂ ਨਹੀਂ ਦਿੰਦਾ, ਫਿਰ ਮੀਂਹ ਮੂੰਹ ਦਾ ਕੋਈ ਪਤਾ ਨਹੀਂ ਕਦੋਂ ਆ ਜਾਵੇ, ਹੈ ਨਾ। ਫਿਰ ਖੇਹ ਖਰਾਬ ਜਾਊ ਕਿਸੇ ਪਾਸੇ ਟੁੱਟੂਗਾ, ਤਾਂ ਕਰਕੇ ਇਹਨੂੰ ਜ਼ਿਆਦਾ ਪਾਣੀ ਦਿੱਤਾ। ਅਤੇ ਆਹ ਆ ਗਈ ਆਪਣੀ ਮੋਟਰ, ਤੁਸੀਂ ਦੇਖ ਲਈ। ਅਤੇ ਅੱਜ ਜੋ ਕਰਾਂਗੇ ਉਹ ਤੁਹਾਨੂੰ ਦਿਖਾਵਾਂਗੇ, ਮੇਰੀ ਸਲਾਹ ਰਾੜਾ ਸਾਹਿਬ ਜਾਣ ਦੀ, ਗੁਰਦੁਆਰਾ ਰਾੜਾ ਸਾਹਿਬ, ਬੜੇ ਰਾੜਾ ਸਾਹਿਬ, ਹੈ ਨਾ। ਜੇ ਉੱਥੇ ਜਾਵਾਂਗੇ ਜਾਣੇ ਦੀ ਜਾਣੇ ਹੀ ਆ, ਜੇ ਇਹਦਾ ਤਾਂ ਕੋਈ ਮਤਲਬ ਹੀ ਨਹੀਂ, ਉਹ ਤੁਹਾਨੂੰ ਦਿਖਾਉਂਦੇ ਹਾਂ। ਅਤੇ ਬਾਕੀ ਇੱਕ ਤੁਹਾਨੂੰ ਅਜੂਬਾ ਦਿਖਾਉਂਦੇ ਆਈਟਮ, ਆਹ ਦੇਖੋ ਇਹ ਬਾਜਰੇ ਦਾ ਸਿੱਟਾ, ਇਹਦੇ ਦੇਖੋ ਉਰੇ ਉਰੇ ਪਏ ਦੀ ਗੱਲ ਕਰਕੇ ਉਰੇ ਦਾਣੇ ਹਰੇ ਹੋ ਗਏ। ਅਤੇ ਬਾਕੀ ਚੈਨਲ ਨੂੰ ਸਪੋਰਟ ਕਰਿਆ ਕਰੋ, ਲਾਈਕ ਸ਼ੇਅਰ ਅਤੇ ਕਮੈਂਟ ਕਰਿਆ ਕਰੋ, ਜ਼ਰੂਰ ਜ਼ਰੂਰੀ ਹੈ। ਕਾ ਹੁਣ ਆ ਮੈਨੂੰ ਅੱਜ ਉਰੇ ਜ਼ਿਆਦਾ ਪਾਣੀ ਹੋਣ ਕਰਕੇ ਨਾ, ਜੇ ਆ ਵੱਟ ਜੀਟ ਹੈਗੀ ਵੀ ਪਾਉਣੀ ਪੂ, ਅਤੇ ਉੱਧਰ ਸਾਰੀ ਆਲਮੋਸਟ ਆਪਣੀ ਜਿਹੜੀ ਘੈਂਟ ਖੜ੍ਹੀ ਆ। ਹੁਣ ਤਾਂ ਬਸ ਸਪਰੇਅ ਕਰਾਂਗੇ ਆਪਾਂ 7, 8 ਜਾਂ 10 ਅਗਸਤ ਨੂੰ ਪਹਿਲੀ ਸਪਰੇਅ ਕਰ ਦੇਣੀ ਆ ਆਪਾਂ ਨੇ। ਕੱਖ ਕੱਢੇ ਪਏ ਨੇ ਇਹ 'ਚੋਂ, ਇਹ 'ਚ ਮਾੜੇ ਮੋਟੇ ਜਿਹੜੇ ਰਹਿੰਦੇ ਨੇ ਉਹ ਕੱਢ ਦੇਣੇ ਨੇ ਉੱਥੋਂ, ਉਹ ਬਾਕੀ ਸਾਰੇ ਮੈਂ ਕੱਢ ਗਿਆ, ਰੋਜ਼ ਕੱਢ ਜਾਂਦਾ ਜੀ। ਅਤੇ ਉਹ 'ਚ ਰਹਿ ਗਿਆ ਵਿਚਾਲੇ ਖੇਤ 'ਚ ਮਾੜੇ ਮੋਟੇ, ਕਿਤੇ ਉੱਧਰ ਪਰਾਂ ਪੁਰਾਂ ਰਹਿ ਗਏ ਉਹ ਆਪਾਂ ਕੱਢ ਦੇਣੇ ਨੇ। ਅਤੇ ਚਲੋ ਬਾਬੇ ਉਹ ਮਿਲਦੇ ਹਾਂ ਅੱਗੇ। ਅਤੇ ਬਾਬੇ ਉਹ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਅੱਜ ਮੈਂ ਰਾੜਾ ਸਾਹਿਬ ਜਾ ਕੇ ਆਉਣਾ, ਹੈ ਨਾ, ਬੜੇ ਰਾੜਾ ਸਾਹਿਬ, ਛੋਟਾ ਰਾੜਾ ਸਾਹਿਬ ਸਾਡੇ ਜਿਹੜਾ ਜਰਗ ਗੁਰਦੁਆਰਾ ਉਹ ਛੋਟੇ ਰਾੜਾ ਸਾਹਿਬ ਵੱਜਦਾ, ਉਹ ਤਾਂ ਚਲੋ ਤੁਹਾਨੂੰ ਉਹਦੇ ਜਿਹੜੀ ਸਾਡੇ ਟੈਂਕੀ ਤੋਂ ਤੁਹਾਨੂੰ ਉੱਥੇ ਦਿਖਾਇਆ ਸੀ ਵੀ ਗੁਰਦੁਆਰਾ ਸਾਹਿਬ ਦੇਖਦਾ। ਅਤੇ ਇਹ ਜਿਹੜਾ ਰਾੜਾ ਸਾਹਿਬ ਹੈ ਇਹ ਪਿੰਡ ਦਾ ਨਾਂ ਹੈ, ਰਾੜਾ ਸਾਹਿਬ ਜਿਹੜਾ ਉੱਥੇ ਹੈ ਨਾ, ਉੱਥੇ ਪਿੰਡ ਦਾ ਨਾਂ ਵੀ ਰਾੜਾ ਸਾਹਿਬ, ਅਤੇ ਉੱਥੇ ਗੁਰਦੁਆਰਾ ਬਣਿਆ ਹੋਇਆ। ਇਹ ਆਹ ਆਪਣੇ ਪਿੰਡ ਤੋਂ ਆਪਾਂ ਬਾਹਰ ਨਿਕਲਾਂ ਜਿਹੜੀ ਨਹਿਰ ਨਹਿਰ ਸੜਕ ਜਾਂਦੀ ਆ, ਬੜੀ ਲੋਕੇਸ਼ਨ ਘੈਂਟ ਜੀ ਹੈ ਇਹ, ਉਰੇ ਵੀ ਬਹੁਤ ਪਹਿਲਾਂ ਜਦੋਂ ਸਰੀਰ ਸਰੂਰ ਬਣਿਆ ਹੁੰਦਾ ਜੀ 2012-13-14 ਦੀਆਂ ਗੱਲਾਂ ਨੇ, ਬਹੁਤ ਆਹ ਜੰਗਲ ਦੇ ਵਿੱਚ ਫੋਟੋਆਂ ਫੋਟੋਆਂ ਕਰਾਈਆਂ, ਬਹੁਤ ਜਦ ਫੋਟੋ ਦਾ ਰਿਵਾਜ਼ ਬਾਹਲਾ ਹੁੰਦਾ ਸੀ ਫੇਸਬੁੱਕ 'ਤੇ ਪਾਉਣ ਦਾ, ਮੇਰੀ ਆਈਡੀਓ ਬੈਨ ਬੂਨ ਜੀ ਹੋ ਗਈ, ਕਿਸੇ ਨੇ ਹੈਕ ਹੂਕ ਜੀ ਕਰ ਲਈ ਸੀਗੀ ਆਪਣੀ, ਆਪਾਂ ਜੀ ਖੇਡਣ ਕਰਕੇ ਹੋ ਗਈ ਸੀਗੀ। ਅਤੇ ਬਾਕੀ ਇਹ ਆਹ ਦੇਖੋ ਆਹ ਤੁਹਾਨੂੰ ਜੰਗਲ ਜਿਹਾ ਦਿਖਦਾ, ਉਹ ਬੜਾ ਘੈਂਟ ਆ ਜੀ, ਪੂਰੇ ਬਹੁਤ ਸੋਹਣਾ ਉੱਤੇ ਵੱਜਣ ਦੀਆਂ, ਅਸੀਂ ਸਮਝ ਲਓ ਵੀ ਸਾਡੇ ਪਿੰਡ ਦੀ ਲੋਕੇਸ਼ਨ ਇਹੀ ਜੀ ਆ ਵੀ, ਮੰਨ ਲਓ ਪਹਾੜਾਂ ਵਾਲੀ ਵੀ ਆ, ਦੂਈ ਵੀ ਆ, ਜੰਗਲਾਂ ਵਾਲੀ ਵੀ ਆ, ਸਾਰਾ ਕੁਛ ਜੀ ਆ, ਸਾਡੇ ਪਿੰਡ 'ਚ ਮਿਕਸ ਜੀ ਆ, ਘੈਂਟ ਆ ਪਿੰਡ ਸਾਡਾ, ਠੀਕ ਹੈ ਪਰ ਲੋਕੇਸ਼ਨ ਘੈਂਟ ਹੈ। ਅਤੇ ਆਹ ਉਰੇ ਸੋਲਰ ਸਿਸਟਮ ਵੀ ਕਿਸੇ ਬੰਦੇ ਦਾ ਲਵਾਇਆ ਵਾ, ਵਧੀਆ ਚੱਲਦਾ, ਸਾਡੇ ਸਿਰ ਥਲੇ ਵੀ ਲਵਾਇਆ ਆਪਣੇ ਖਾਸ ਬੰਦਿਆਂ ਨੇ, ਉਹਨਾਂ ਦਾ ਸੋਲਰ ਸਿਸਟਮ ਮੈਂ ਦੇਖ ਕੇ ਨਹੀਂ ਆ, ਉੱਦਾਂ ਹਜੇ ਲੱਗਿਆ ਹੀ ਸੀਗਾ, ਮੁੜ ਕੇ ਦੇਖਣ ਦਾ ਟਾਈਮ ਜੀ ਨਹੀਂ ਲੱਗਿਆ। ਮੈਂ ਅੰਕਲ ਜੀ ਨੂੰ ਪੁੱਛਿਆ ਸੀ, ਮੈਂ ਅੰਕਲ ਜੀ ਕਿਵੇਂ ਚੱਲਦਾ, ਕਹਿੰਦਾ ਬਹੁਤ ਵੈਰੀ ਗੁੱਡ ਆ ਕੰਮ। ਅਤੇ ਬਾਕੀ ਤੁਹਾਨੂੰ ਸੋਲਰ ਸਿਸਟਮ ਦਿਖਾ ਦਿੰਦੇ ਹਾਂ, ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿੰਦੀਆਂ ਨੇ, ਉਹ ਮੋਟਰਾਂ ਵਾਲੀ ਚੱਕ ਲੈਣਾ ਦੀ ਗੱਲਾਂ ਬਾਤਾਂ ਦੇ ਵਿੱਚ ਵਿੱਚ। ਅਤੇ ਆਹ ਸੋਲਰ ਸਿਸਟਮ ਆ ਦੇਖਿਓ, ਮੈਂ ਹੌਲੀ ਕਰਕੇ ਕੱਢੂੰਗਾ। ਬਾਕੀ ਕੋਈ ਦੱਸਦਾ ਕਰੋ ਨਵੀਂ ਨਵੀਂ ਕੋਈ ਚੀਜ਼ ਦਿਖਾਉਣੀ ਹੁੰਦੀ ਹੈ, ਜਾਂ ਜਿਵੇਂ ਦਾ ਤੁਸੀਂ ਆਪਣੇ ਉਸ ਤੋਂ ਚੈਨਲ ਤੋਂ ਮੰਗਦੇ ਹੋ ਜਿਹੜੀ ਚੀਜ਼, ਉਹ ਤੁਹਾਨੂੰ ਜ਼ਰੂਰ ਦਿਖਾਈ ਜਾਊਗੀ। ਅਤੇ ਆਹ ਸੋਲਰ ਸਿਸਟਮ ਹੈ, ਅਤੇ ਆਹ ਮੂਹਰੇ ਮੋਟਰ ਲੱਗੀ ਹੋਈ ਆ, ਇਹ ਸੋਲਰ ਸਿਸਟਮ ਦੀ ਚੱਲਦੀ ਆ। ਹੁਣ ਚਲੋ ਹੁਣ ਤਾਂ ਲੋਡ ਨਹੀਂ ਹੋਣੀ, ਤਾਂ ਨਹੀਂ ਚਲਾਈ ਹੋਣੀ, ਕਿਉਂਕਿ ਸਾਰੇ ਜੀਰੀਆਂ ਦਾ ਪਾਣੀ ਸੁਕਾ ਹੀ ਰਹੇ ਨੇ ਆਲਮੋਸਟ, ਕਿਉਂਕਿ ਫਿਰ ਜੇ ਬਾਹਲਾ ਵੀ ਦਿੰਦਾ ਜਿੰਨਾ ਚਿਰ ਜੜ ਨਹੀਂ ਪਕੜ ਕਰਦੀ ਉਨਾ ਟਾਈਮ। ਇਹ ਮਤਲਬ ਜਿਹੜਾ ਸੋਲਰ ਸਿਸਟਮ ਆ, ਆਪਾਂ ਹੁਣ ਗੱਲ ਵੀ ਸਹੀ ਆ, ਜਦੋਂ ਤਾਂ ਬੱਦਲਬਾਜ਼ੀ ਹੁੰਦੀ ਉਦੋਂ ਆਪਾਂ ਨੂੰ ਲੋੜ ਹੀ ਨਹੀਂ ਹੈਗੀ ਸੋਲਰ ਸਿਸਟਮ ਦੀ ਜਾਂ ਚਲਾਉਣ ਦੀ, ਉਦੋਂ ਘੱਟ ਚੱਲਦੀ ਆ ਮੋਟਰ, ਉਹ ਉਦੇ ਆਪਾਂ ਨੂੰ ਇੰਨੀ ਲੋੜ ਨਹੀਂ।
ਮੰਨ ਲਓ ਤੇ ਜਿਵੇਂ ਜਿਹਨੇ ਹਰਾ ਚਾਰਾ ਬੀਜਣਾ ਸਾਡੇ ਮੇਰੇ ਜਿਵੇਂ ਉਹ ਉੱਧਰਲੀ ਮੋਟਰ ਆ ਉਹਦੇ ਤੇ ਸੋਲਰ ਸਿਸਟਮ ਲੱਗ ਜਾਵੇ ਤਾਂ ਬੈਟਰ ਹੈ ਕਿਉਂਕਿ ਵੀ ਉੱਥੇ ਹਰਾ ਚਾਰੀ ਬੀਜਣਾ ਬੱਦਲ ਵਾਈ ਚ ਆਪਾਂ ਨੂੰ ਊਂ ਲੋੜ ਨਹੀਂ ਊਂ ਆਪਾਂ ਨੂੰ 15-20 ਦਿਨ ਬਾਅਦ ਲੋੜ ਪੈਂਦੀ ਹੈ ਉੱਥੇ ਤਾਂ ਫੁੱਲ ਧੁੱਪ 'ਚ ਚੱਲਦਾ ਅਤੇ ਸਿਆਲਾਂ 'ਚ ਕਹਿੰਦੇ ਮੰਨ ਲਓ 10 ਵਜੇ ਤੋਂ ਸ਼ਾਮ ਨੂੰ 4-4 ਵਜੇ ਤੱਕ ਵਧੀਆ ਚੱਲਦਾ ਠੀਕ ਨਹੀਂ ਸਿਆਲਾਂ 'ਚ ਵੀ ਆਪਾਂ ਨੂੰ ਪਾਣੀ ਦੀ ਲੋੜ ਘੱਟ ਹੁੰਦੀ ਆ ਹੈ ਨਾ ਆਪਾਂ ਨੂੰ ਜ਼ਿਆਦਾ ਲੋੜ ਹੁੰਦੀ ਹੈ ਜੀਰੀ ਨੂੰ ਜੀਰੀ ਆਪਾਂ ਉੱਥੇ ਲਾਉਣੀ ਹੈ ਨਹੀਂ ਚਲੋ ਜੇ ਲਾ ਵੀ ਲਈ ਤਾਂ ਵੀ ਕੋਈ ਆਪਾਂ ਨੂੰ ਉਹਦਾ ਚੱਕਰ ਨਹੀਂ ਹੈਗਾ ਕਿਉਂਕਿ ਇੱਕ ਦਿਨ ਚਲਾ ਲਿਆ ਇੱਕ ਦਿਨ ਫੁੱਲ ਭਰਤੀ ਇੱਕ ਦਿਨ ਚਲਾ ਲਿਆ ਹੈ ਨਾ ਦੂਜੇ ਦਿਨ ਸੜਤਾ ਫੁੱਲ ਡੱਕ ਕੇ ਬਾਕੀ ਮੀਂਹ ਮੂੰਹ ਪਈ ਜਾਂਦੇ ਹੁੰਦੇ ਨੇ ਹੈ ਨਾ ਵਧੀਆ ਚੀਜ਼ ਆ ਇਹ ਜਿਵੇਂ ਹੁਣ ਉਹ ਮੇਰਾ ਹੈਗਾ 4-5 ਵਿਘੇ ਤੋਂ ਉੱਥੇ 10 ਦੀ ਮੋਟਰ ਜਾਂ 7.5 ਦੀ ਉਹ ਚਲਾਈ ਚੱਲੂ ਕੇ ਨਾ ਉਹ 'ਚ ਪਾਣੀ 'ਚ ਪਾਣੀ ਦਾ ਫਿਰ ਮੋਟਰ ਪਾਈ ਹੋ ਜਾਂਦੀ ਹੁੰਦੀ ਹੈ ਨਾ ਅਤੇ ਬਾਕੀ ਚੈਨਲ ਨੂੰ ਸਪੋਰਟ ਕਰਿਆ ਕਰੋ ਆਪਣੇ ਭਰਾ ਦੇ ਚੈਨਲ ਨੂੰ ਅਤੇ ਤੁਹਾਡੇ ਨਾਲ ਆ ਅਤੇ ਚੱਲ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਉਣਾ ਅਤੇ ਬਾਬਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਕੀ ਤੁਹਾਨੂੰ ਦਿਖਾਉਣਾ ਹੁਣ ਆਪਾਂ ਪਹੁੰਚ ਗਏ ਸੀਗੇ ਸਿੱਧਸਰ ਸਾਹਿਬ ਇਹ ਸਾਡੇ ਤੋਂ ਹੈਗਾ 5-6 ਕਿਲੋਮੀਟਰ ਆਹ ਕਾਲਜ ਆ ਇੱਧਰਲੀ ਸਾਈਡ ਇਹ ਇੱਧਰ ਨੂੰ ਇਹ ਕਾਲਜ ਨਾਲ ਆ ਗੁਰਦੁਆਰਾ ਸਾਹਿਬ ਪੂਰੇ ਦੇ ਤੁਸੀਂ ਨੇ ਲਸਾੜੇ ਵਾਲੇ ਬੱਬੂ ਹੋਣੀ ਤਾਂ ਸੁਣੀ ਹੋਣਗੇ ਬੱਬੂ ਗਿਆਨੀ ਹੋਣੀ ਲਸਾੜੇ ਵਾਲੇ ਫੁੱਲ ਟੀਮ ਤਕੜੀ ਰਹੀ ਆ ਕਿਸੇ ਸਾਲ 'ਤੇ ਜਰਗੜੀ ਦੀ ਟੀਮ ਦਾ ਮੰਨ ਲਓ ਸਾਡੇ ਨਾਲ ਆ ਜਰਗੜੀ ਉੱਥੇ ਦੀ ਟੀਮ ਦਾ ਕਬੱਡੀ ਦਾ ਰਿਕਾਰਡ ਇਹ ਰਿਹਾ ਵੀ 120 ਮੈਚ ਲਾਏ ਸੀ ਖਾਨੀ 110 ਖਾਨੀ ਕਿੰਨੇ ਮੈਚ ਉਹ ਫਸਟ 'ਚ ਆਈ ਸੀਗੀ ਉਹ ਸਾਲਾਂ ਦੇ ਵਿੱਚ ਉਹ ਪਹਿਲੀਆਂ ਗੱਲਾਂ ਨੇ ਉਹ ਜਿਹਨਾਂ ਦੀ ਅੱਜ ਤੋਂ 2000 ਦੀਆਂ ਗੱਲਾਂ ਗੁੱਲਾਂ ਨੇ ਉਹ 2005-2000 ਦੀਆਂ ਜਦੋਂ ਜਰਗੜੀ ਦੇ ਮੁੰਡੇ ਖੇਡਦੇ ਹੁੰਦੇ ਅਤੇ ਲਸਾੜੇ ਵਾਲੇ ਬੱਬੂ ਹੋਣੀ ਅਤੇ ਉਹ ਤਾਂ ਆਉਂਦੀ ਉਹ ਗੱਲਾਂ ਨੇ ਚਲੋ ਹੁਣ ਮੈਨੂੰ ਲੱਗਦਾ ਬੱਬੂ ਖੇਡਣੋਂ ਹਟਿਆ ਹੋਊਗਾ ਨਹੀਂ ਵਧੀਆ ਹੀ ਖੇਡਿਆ ਹੁਣ ਤੱਕ ਜਿੰਨਾ ਟਾਈਮ ਖੇਡਿਆ ਗਿਆਨੀ ਵੀਰ ਇਹ ਸਾਰੇ ਵਧੀਆ ਹੀ ਖੇਡੇ ਨੇ ਲਸਾੜੇ ਦੀ ਟੀਮ ਵੱਲ ਸਿਰੇ ਹੀ ਰਿਹਾ ਆਹ ਗੁਰਦੁਆਰਾ ਸਾਹਿਬ ਲੰਘ ਗਿਆ ਸਿੱਧਸਰ ਸਾਹਿਬ ਦਾ ਸਾਡੇ ਤੋਂ ਮੈਨੂੰ ਲੱਗਦਾ 20 ਕਿਲੋਮੀਟਰ ਊਰਾੜਾ ਸਾਹਿਬ ਅਤੇ ਬਾਕੀ ਜੇ ਇੱਧਰਲਾ ਕੋਈ ਆਪਣਾ ਆੜੀ ਮਿੱਤਰ ਸਬਸਕ੍ਰਾਈਬਰ ਹੈ ਉਹਨੂੰ ਪਤਾ ਹੀ ਹੋਣਾ ਸਾਰੀਆਂ ਗੱਲਾਂ ਬਾਤਾਂ ਬਾਰੇ ਹੈ ਨਾ ਨੇੜੇ ਦਿਆਂ ਨੂੰ ਵੀ ਪਤਾ ਹੀ ਹੁੰਦਾ ਸਾਰਿਆਂ ਨੂੰ ਅਤੇ ਚਲੋ ਠੀਕ ਆ ਓਕੇ ਆਪਾਂ ਪਹੁੰਚ ਗਏ ਮੈਂ ਕੁਛ ਹੋਰ ਬੋਲਣਾ ਨਹੀਂ ਚਾਹੂੰਗਾ ਗੁਰਦੁਆਰਾ ਸਾਹਿਬ ਰਾੜਾ ਸਾਹਿਬ ਦਾ ਅਤੇ ਆਹ ਹੁਣ ਨਵਾਂ ਬਦਲ ਗਿਆ ਮੈਂ ਤਾਂ ਪਹਿਲੀ ਵਾਰ ਆਇਆ ਹੁਣ ਬਹੁਤ ਟਾਈਮ ਬਾਅਦ ਆਇਆ ਆਹ ਪਾਰਕ ਬਣ ਗਿਆ ਇੱਧਰ ਗੁਰਦੁਆਰਾ ਸਾਹਿਬ ਅਤੇ ਬਾਕੀ ਉਹ ਕੈਮਰਾ ਠੀਕ ਆ ਇਹਨੂੰ ਦਿਖਾਉਣਾ ਸੀ ਦੇਖ ਸਕਦੇ ਹੋ ਵੀ ਪਾਰਕ ਬਹੁਤ ਸੋਹਣਾ ਬਣ ਗਿਆ ਜਗ੍ਹਾ ਬਹੁਤ ਜ਼ਿਆਦਾ ਸੋਹਣੀ ਬਣ ਗਈ ਅਤੇ ਚਲੋ ਠੀਕ ਆ ਓਕੇ ਲਓ ਬਾਬੇ ਆਹ ਤੁਸੀਂ ਦੇਖ ਲਓ ਆਹ ਨਵੀਂ ਬਣੀ ਆ ਇੱਕ ਤੁਹਾਨੂੰ ਮੈਂ ਜਾਣੀ ਦੀ ਹੁਣ ਮੈਂ ਉਰੇ ਆਇਆ ਕਰਨਾ ਹਰ ਇੱਕ ਸੰਡੇ ਪਰਮਾਤਮਾ ਦੀ ਕਿਰਪਾ ਨਾਲ ਚਲੋ ਜੇ ਕਿਸੇ ਸੰਡੇ ਕੰਮ ਪੈ ਗਿਆ ਤਾਂ ਕਹਿਣਾ ਕੀ ਆ ਨਹੀਂ ਆਪਾਂ ਆਇਆ ਕਰਾਂਗੇ ਉਰੇ ਪਹਿਲਾਂ ਤਲਾਅ ਹੁੰਦਾ ਸੀ ਹਾਂ ਜਿੱਥੇ ਆ ਵਿਚਾਲਿਆ ਹੈ ਨਹੀਂ ਜੀ ਉਹ ਗਾਹਾਂ ਜਾ ਕੇ ਤਲਾਅ ਹੁੰਦਾ ਸੀ ਉੱਪਰ ਜੇ ਚੜ੍ਹ ਕੇ ਉਹ ਮੈਨੂੰ ਵੀ ਤਾਂ ਪਤਾ ਕਿਉਂਕਿ ਅਤੇ ਜਦੋਂ ਵੀ ਮੈਂ ਹੋਇਆ ਸੀ ਨਾ ਉਦੋਂ ਮੈਂ ਵੀ ਉਰੇ ਸੁੱਖਾਂ ਸੁੱਖ ਕੀ ਹੋਇਆ ਸੀਗਾ ਮੈਂ ਉਰੇ ਬਹੁਤ ਆਇਆ ਮੈਂ ਉਹ ਚੀਜ਼ ਬਾਰੇ ਮੈਨੂੰ ਪਤਾ ਕਿਉਂਕਿ ਮੈਂ ਫਿਰ ਉਰੇ ਪਤਾ ਨਹੀਂ ਕਿੰਨੇ ਐਤਵਾਰ ਆਏ ਸੀਗੇ ਮੰਮੀ ਡੈਡੀ ਨਾਲ ਮੈਨੂੰ ਲੈ ਕੇ ਛੋਟੇ ਹੁੰਦੇ ਨੇ ਮੇਰੇ ਯਾਦ ਆ ਜਾਣੀ ਦੀ ਮੈਂ ਬਾਹਲਾ ਛੋਟਾ ਵੀ ਨਹੀਂ ਹੁੰਦਾ ਸੀ ਉਦੋਂ ਜਦੋਂ ਮੈਂ ਥੋੜ੍ਹਾ ਜਿਹਾ ਹੋ ਗਿਆ ਸੀ ਉਦੋਂ ਲੈ ਕੇ ਆਉਂਦੇ ਹੁੰਦੇ ਸੀ ਕਿਉਂਕਿ ਮੈਂ ਉਰੇ ਸੁੱਖਾਂ ਸੁੱਖ ਗਿਆ ਹੋਇਆ ਮੈਂ ਬਾਬੇ ਚਲੋ ਆਹ ਦੇਖੋ ਆ ਕਿੰਨਾ ਘੈਂਟ ਬਣਿਆ ਮੇਰੇ ਗੁਰਦੁਆਰਾ ਸਾਹਿਬ ਦਾ ਘੰਟਾ ਲੱਗਿਆ ਵਾ ਕਿੰਨੇ ਵੱਜ ਗਏ ਹਾਂ 9:16 ਦੇਖੋ ਵੀ ਸਹੀ ਚੱਲਦਾ ਓਏ 9:16 ਹੋ ਅਤੇ ਚਲੋ ਠੀਕ ਆ ਬਾਬੇ ਚੱਲਦੇ ਹੁਣ ਪਿੰਡ ਨੂੰ ਆਹ ਰਾੜਾ ਸਾਹਿਬ ਕੰਨੀ ਵਿਆਹ ਦੇਖੋ ਆ ਜੀਰੀ ਲੱਗੀ ਹੋਈ ਆ ਪਾਣੀ ਉਰੇ ਆ ਥੱਲੇ ਹੈ ਨਾ ਕਿੰਨਾ ਆ ਗਿਆ ਅਤੇ ਬਾਕੀ ਮੈਂ ਚਲੋ ਬਲੌਗ ਤਾਂ ਯਾਰ ਘੱਟ ਜਗ੍ਹਾ ਹੁੰਦੀ ਆ ਬਣਾ ਲੈਂਦੇ ਹਾਂ ਆਪਾਂ ਹੈ ਨਾ ਪਰ ਵੀਰੇ ਮੈਂ ਜਿਹੜੀ ਗੱਲ ਆ ਮੇਨ ਵੀ ਜਿਹੜੇ ਵੀਰਾਂ ਦਾ ਹੈ ਨਾ ਨੁਕਸਾਨ ਹੋਇਆ ਸਰਕਾਰ ਨੂੰ ਉਹਦੇ ਵੱਲ ਧਿਆਨ ਜਲਦੀ ਤੋਂ ਜਲਦੀ ਦੇਣਾ ਚਾਹੀਦਾ ਆਹ ਦੇਖ ਲਓ ਹੁਣ ਬਾਈ ਉਹਨੀ ਲੱਗੇ ਹੋਏ ਨੇ ਤੁਹਾਨੂੰ ਮੈਂ ਦਿਖਾਉਣਾ ਹੈ ਨਾ ਵਿਚਾਰੇ ਜਿਨ੍ਹਾਂ ਨੂੰ ਯਾਰ ਉਹ ਹੁੰਦਾ ਹੈ ਨਾ ਵੀ ਸਾਡੀ ਜ਼ਮੀਨ ਸਾਡੀ ਜੀਰੀ ਬਚ ਜਾਵੇ ਦੇਖੋ ਲੈ ਉਹ ਵਿਚਾਰੇ ਹੈ ਨਾ ਹੁਣ ਮੈਨੂੰ ਲੱਗਦਾ ਪਾਣੀ ਕੱਢਣਗੇ ਉਹਦੇ ਰਾਹੀਂ ਟਰੈਕਟਰ ਰਾਹੀਂ ਅਤੇ ਤੁਸੀਂ ਦੇਖ ਹੀ ਰਹੇ ਹੋ ਹੈ ਨਾ ਆਹ ਸਾਰਾ ਜਿਵੇਂ ਵੀ
ਉਹ ਹੋ ਗਿਆ ਹਨਾ ਪਾਣੀ ਇਹਦਾ ਧਿਆਨ ਦੇ ਉਹ ਖੜਾ ਇੰਜਣ ਜਿਹਾ ਤੇ ਮੈਂ ਹੌਲੀ ਗੱਡੀ ਲੰਘਾਉਂਦਾ ਤੇ ਆਹ ਦੇਖੋ ਉਹ ਇੰਜਣ ਖੜਾ ਉਹਦੇ ਕਰਕੇ ਯਾਰ ਆਹ ਪਾਣੀ ਦਾ ਨੁਕਸਾਨ ਕਿੰਨਾ ਹੋਇਆ ਵੀ ਹੁਣ ਚੱਲ ਵਿਚਾਰੇ ਪਾਣੀ ਕੱਢਣਗੇ ਇਹਦੇ ਜਾਂ ਸੂਆ ਜਿਹਾ ਇੱਧਰ ਵੀ ਸਾਡੀ ਜੀਰੀ ਬਚ ਜਾਵੇ ਦੇਖੋ ਹੁਣ ਪਹਿਲਾਂ ਤੇਲ ਫੂਕਿਆ ਬਾਈ ਉਹਨਾਂ ਨੇ ਫੂਕਿਆ ਹੋਊਗਾ ਯਾਰ ਵੀ ਸਾਡੀ ਜੀਰੀ ਲੱਗ ਜਾਵੇ ਹੁਣ ਵਿਚਾਰੇ ਤੇਲ ਫੂਕ ਰਹੇ ਨੇ ਵੀ ਸਾਡੀ ਜੀਰੀ ਬਚ ਜਾਵੇ ਇਹ ਚੀਜ਼ਾਂ ਹੁੰਦੀਆਂ ਨੇ ਜੱਟ ਨੂੰ ਤਾਂ ਹਰ ਇੱਕ ਪਾਸਿਓਂ ਮਾਰਾ ਜਾਣੇ ਦੀ ਸਰਕਾਰ ਨੂੰ ਧਿਆਨ ਫੁੱਲ ਦੇਣਾ ਚਾਹੀਦਾ ਜੱਟਾਂ ਤੇ ਸੋ ਚਲੋ ਥੈਂਕ ਯੂ ਬਾ ਮੈਂ ਇੰਨਾ ਕਿ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਵੀ ਜੇ ਮੇਰੀ ਵੀਡੀਓ ਰਾਹੀਂ ਚਲੋ ਕਿਸੇ ਤੱਕ ਗੱਲ ਪਹੁੰਚਦੀ ਆ ਤਾਂ ਯਾਰ ਮੈਨੂੰ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੋਣ ਲੱਗਿਆ ਤੇ ਚਲੋ ਠੀਕ ਆ ਵੀਰੋ ਜੇ ਅੱਜ ਕੁਛ ਹੋਰ ਕੀਤਾ ਆਪਾਂ ਨੇ ਹਨਾ ਤੁਹਾਨੂੰ ਦਿਖਾਵਾਂਗੇ ਹੁਣ ਤਾਂ ਮੈਂ ਘਰ ਨੂੰ ਜਾ ਰਿਹਾ ਤੁਹਾਨੂੰ ਦੱਸਿਆ ਜੀ ਰਾੜਾ ਸਾਹਿਬ ਮੱਥਾ ਟੇਕਣਾ ਹੈ ਆ ਗਈ ਬਾਬੇ ਉਹ ਜਗ੍ਹਾ ਆਹ ਉਹਰੇ ਜਾਲੇ ਜੇ ਵੀ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤਾਂ ਹੁਣ ਮੀਂਹ ਨਾਲ ਥੋੜੇ ਜਿਹਾ ਘਟ ਗਏ ਪਰ ਇਹ ਉਹਰੇ ਜਦੋਂ ਆਪਾਂ ਫੋਟੋਆਂ ਕਰਾਉਂਦੇ ਹਾਂ ਇੰਨਾ ਐਂਟਰ ਲੋਕੇਸ਼ਨ ਆਉਂਦੀ ਹੈ ਜਿਵੇਂ ਆਪਾਂ ਉਹ ਪੱਟੜੀ ਜੀ 'ਤੇ ਵੀ ਕਰਾਈ ਹੋਈ ਹੈ ਇੱਧਰ ਵੀ ਕਰਾਈ ਹੋਈ ਹੈ ਮੰਨ ਲਓ ਭੂਤੀਆ ਜਿਹਾ ਕੰਮ ਜਿਹਾ ਨਹੀਂ ਹੁੰਦਾ ਜਿਵੇਂ ਫਿਲਮਾਂ ਦੇ ਵਿੱਚ ਉਹ ਹਿਸਾਬ ਕਿਤਾਬ ਜਾ ਰਿਹਾ ਵਧੀਆ ਲੋਕੇਸ਼ਨ ਹੈ ਇਹ ਫੋਟੋ ਫੋਟੋ ਕਰਾਉਣ ਨੂੰ ਮਗਰ ਹਰਿਆਲੀ ਜੀ ਵੀ ਆ ਸੁੱਕੇ ਜਿਹੇ ਦਰਖਤ ਇਹ ਵੀ ਘੈਂਟ ਲੱਗਦੇ ਨੇ ਹਨਾ ਜਿਵੇਂ ਵੀ ਅਤੇ ਇਹ ਚੀਜ਼ਾਂ ਐਂਟਪਾਲ ਕੰਮ ਹੀ ਕਰਦੀਆਂ ਨੇ ਅਤੇ ਇਸ ਚੀਜ਼ ਕਰਕੇ ਇਹਦਾ ਵਧੀਆ ਉਰੇ ਉਹ ਹੁੰਦਾ ਲੋਕੇਸ਼ਨ ਘੈਂਟ ਬਣਦੀ ਆ ਅਤੇ ਚਲੋ ਇਹ ਤੁਹਾਨੂੰ ਦਿਖਾਉਣਾ ਸੀਗਾ ਇਹ ਆ ਜਰਗੜੀ ਦਾ ਪੁਲ ਮੇਰੇ ਪਿੰਡ ਤੋਂ ਹੈਗਾ 5 ਕੁ ਕਿਲੋਮੀਟਰ ਇਹ ਅਤੇ ਬਾਕੀ ਰਾਹ 'ਚ ਸੂਆ ਆਉਂਦਾ ਸੀ ਉੱਥੇ ਵੀ ਉਹ ਵੀ ਤੁਹਾਨੂੰ ਦਿਖਾ ਦਾਂਗੇ ਉੱਥੇ ਬਹੁਤ ਨਹਾਇਆ ਬਹੁਤ ਜ਼ਿਆਦਾ ਨਹਾਇਆ ਉੱਥੇ ਸੂਏ ਦੇ ਵਿੱਚ ਅਤੇ ਬਾਕੀ ਓਕੇ ਅਗਰ ਲਵਾ ਦਾਂ ਟਪਾਲ ਹੋਇਆ ਪਿਆ ਸ਼ਾਇਦ ਉਰੋਂ ਤੁਹਾਨੂੰ ਉਹ ਜਾਲੇ ਜਿਹੇ ਹੁਣ ਦੇਖਦੇ ਹੁਣ ਮੈਂ ਥੋੜ੍ਹਾ ਨੇੜੇ ਲੱਗਿਆ ਇੱਧਰ ਨੂੰ ਦੇਖਦੇ ਆ ਹਾਂ ਇਹੀ ਜਾਲਿਆਂ ਦੀ ਗੱਲ ਹੁੰਦੀ ਹੈ ਮੇਰੇ ਵੀ ਵੀਰੇ ਇਹਨਾਂ ਦੀ ਉਹ ਗੱਲ ਹੋ ਰਹੀ ਸੀ ਆ ਕੇ ਮਤਲਬ ਮੀਂਹ ਜਿਹੇ ਨਾਲ ਥੋੜ੍ਹੇ ਜਿਹੇ ਘੱਟ ਗਏ ਮੀਂਹ ਵਾਲਾ ਡਿੱਗਿਆ ਨਾ ਅਤੇ ਊਂ ਬਾਕੀ ਲੋਕੇਸ਼ਨ ਉਰੇ ਜਾਨਵਰ ਵੀ ਰਹਿੰਦੇ ਆ ਕਈ ਮੰਨ ਲਓ ਜਿਵੇਂ ਹੁਣ ਹਿਰਨ ਹੁਰਨ ਜੇ ਆ 12 ਸਿੰਘੇ ਨਾ 12 ਸਿੰਘੇ ਆ ਰੋਜ਼ ਰੋਜ਼ ਜੇ ਇਹੋ ਜਿਹਾ ਹਿਸਾਬ ਕਿਤਾਬ ਕੋਈ ਨਿੱਕੇ ਮੋਟੇ ਰਹਿੰਦੇ ਉਰੇ ਮੈਂ ਤਾਂ ਕਈ ਵਾਰ ਦੇਖਿਆ ਰੋਜ਼ ਰੋਜ਼ ਤਾਂ ਚਲੋ ਸਾਡੇ ਵੀ ਆਏ ਜਾਂਦੇ ਆ ਖੇਤਾਂ ਦੇ ਵਿੱਚ ਕਈ ਵਾਰ ਅਤੇ ਚਲੋ ਠੀਕ ਆ ਲਵ ਯੂ ਬਾਬਿਓ ਮਿਲਦੇ ਹਾਂ ਫਿਰ ਅਤੇ ਲਓ ਬਾਬਿਓ ਆਪਾਂ ਸੂਏ 'ਤੇ ਪਹੁੰਚਣ ਵਾਲੇ ਹਾਂ ਜਿੱਥੇ ਅਸੀਂ ਅਕਸਰ ਨਹਾਉਣ ਆਉਂਦੇ ਹੀ ਹੁੰਦੇ ਸੀ ਗਰਮੀ ਐਤਕੀ ਆਹ ਗਰਮੀ ਨਹੀਂ ਆਏ ਨਹੀਂ ਇੱਥੇ ਅਸੀਂ ਕਾਲੇ ਹੋ ਕੇ ਜਾਂਦੇ ਹਾਂ ਕਿਉਂਕਿ ਰੰਗ ਕਾਲਾ ਕਰ ਦਿੰਦਾ ਪਾਣੀ ਆਹ ਸੂਆ ਇਹ ਜਾਣੇ ਦੀ ਬਾਲਾ ਉਰੇ ਤਾਂ ਬਹੁਤ ਇਕੱਠ ਹੁੰਦਾ ਗਰਮੀ ਮਿਲਿਆ ਐਤਕੀ ਵੀ ਮੈਂ ਲੰਘਿਆ ਪਰ ਬਹੁਤ ਸੀਗਾ ਇਕੱਠਾ ਅਤੇ ਇਹ ਆਪਾਂ ਉਹ ਕਰ ਲਿਆ ਮੰਨ ਲਓ ਜੁਲਮ ਕੱਢਦਾ ਸੂਆ ਇਹ ਜੁਲਮ ਕੱਢਦੇ ਸੂਏ 'ਤੇ ਆਇਆ ਹੋਇਆ ਇਹ ਇੱਥੋਂ ਆਪਣਾ ਪਿੰਡ ਬਸ ਥੋੜ੍ਹੀ ਰਹਿ ਜਾਂਦਾ ਅਤੇ ਮਗਰ ਗੱਡੀ ਹੈਗੀ ਉਹਦੇ ਕਰਕੇ ਆਪਾਂ ਨੂੰ ਤੋੜਨਾ ਪੈਣਾ ਇਹ ਤੁਹਾਨੂੰ ਦਿਖਾ ਦਿੱਤੀ ਲੋਕੇਸ਼ਨ ਇਹ ਵੀ ਸੂਏ ਵਾਲੀ ਜੇ ਫੇਰ ਕਿਸੇ ਦਿਨ ਨਹਾਉਣ ਨਹੁਣ ਚੱਲ ਉਰੇ ਗਰਮੀ ਜੀ ਬਾਹਲੀ ਜਿੱਦੀ ਹੋਈ ਉੱਥੇ ਆਵਾਂਗੇ ਫਿਰ ਤੁਹਾਨੂੰ ਉਹ ਵੀ ਦਿਖਾ ਦਾਂਗੇ ਅਤੇ ਚਲੋ ਠੀਕ ਆ ਬਾਬੇ ਓਕੇ ਬਾਬੇ ਉਹ ਅੱਜ ਤੁਹਾਨੂੰ ਸੱਚੀ ਗੱਲ ਦੱਸਾਂ ਨਾ ਮੈਂ ਆਪਣਾ ਉੱਥੋਂ ਆ ਕੇ ਆਪਣਾ ਰਾੜਾ ਸਾਹਿਬ ਗੁਰਦੁਆਰੇ ਤੋਂ ਹੈ ਨਾ ਆ ਕੇ ਮੈਂ ਕੀ ਕੀਤਾ ਕੁਛ ਨਹੀਂ ਕੀਤਾ ਜੰਮਾ ਹੀ ਮੈਂ ਪੈ ਗਿਆ ਆਰਾਮ ਨਾਲ ਸੌਂ ਗਿਆ ਮੈਂ ਉੱਠਿਆ 3 ਵਜੇ 3 ਵਜੇ ਅੱਜ ਮੇਰੇ ਮੰਮੀ ਡੈਡੀ ਆਏ ਹੋਏ ਸੀ ਸਹੁਰਿਆਂ ਤੋਂ ਮੰਨ ਲਓ ਅਤੇ ਉਹਨਾਂ ਨਾਲ ਬੈਠੇ ਰਹੇ ਅਸੀਂ 5 ਵਜੇ ਤੱਕ 3 ਵਜੇ ਆ ਕੇ ਮੰਮੀ ਨਹੀਂ ਉਰੇ ਵਾਲੀ ਮੰਮੀ ਨੇ ਠਾ ਲਿਆ ਕਹਿੰਦੀ ਵੀ ਮੰਮੀ ਉਹਨੇ ਆ ਗਏ ਅਤੇ ਬਸ ਉਹਨਾਂ ਕੋਲ ਬੈਠਾ ਰਿਹਾ 5 ਵਜੇ ਤੱਕ ਉਰੇ ਫਿਰ ਕੀ ਕਰਨਾ ਕੁਛ ਵੀ ਨਹੀਂ ਕੀਤਾ ਪਰ ਆ ਕੇ ਉੱਥੋਂ ਮੈਂ 1-2 ਕੁ ਮੈਚ ਲਾਏ ਸੀ ਪਬਜੀ 'ਤੇ ਹੁਣ ਦੁਬਾਰੇ ਖੇਡਣ ਲੱਗ ਗਏ ਚਲ ਮਾੜੇ ਮੋਟੇ ਲਾ ਲਈਦੇ ਨੇ ਅਤੇ ਉਹ ਖੇਡ ਖੂਡ ਕੇ ਚਲ ਉਦੋਂ ਮੈਂ ਕੁਛ ਨਹੀਂ ਕੀਤਾ ਹੁਣ ਮੈਂ ਜੀਰੀ 'ਚੋਂ ਕੱਖ ਪੱਟ ਗਿਆ 6 ਵਜੇ ਗਿਆ ਸੀ 7 ਕੁ ਵਜੇ ਤੱਕ ਹੁਣ ਤਾਂ 8 ਵਜਣ ਵਾਲੇ ਨੇ ਮੈਨੂੰ ਲੱਗਦਾ ਅਤੇ ਹੁਣ ਫੇਰ ਮੈਚ ਮੂੰਹ ਚਲਾਉਣ ਲੱਗਦੇ ਹਾਂ ਅਤੇ ਚਲੋ ਲਵ ਯੂ ਅਸ ਸਾਰਿਆਂ ਨੂੰ ਪਿਆਰ ਇੰਨਾ ਸਾਰਾ ਅਤੇ ਸਾਰੇ ਜਣੇ ਇੰਨਾ ਪਿਆਰ ਕਰਦੇ ਨੇ ਅਤੇ ਧੰਨਵਾਦ ਆ ਕੱਲ੍ਹ ਨੂੰ ਦੇਖਦੇ ਹਾਂ ਜੇ ਕੋਈ ਇਹਦੇ ਵਿੱਚੇ ਨਹੀਂ ਬਲੌਗ ਉਹਦੇ ਐਡ ਕਰ ਦਾਂਗੇ ਜੇ ਛੋਟਾ ਹੋਇਆ ਨਹੀਂ ਫਿਰ ਕੱਲ੍ਹ ਨੂੰ ਨਵਾਂ ਬਲੌਗ ਸਟਾਰਟ ਕਰ ਦਾਂਗੇ ਅਤੇ ਨਹੀਂ ਅਤੇ ਚਲੋ ਠੀਕ ਆ ਓਕੇ ਲਵ ਯੂ ਆਪਾਂ ਇਹਦਾ ਫੋਨ ਦੇਖ ਸਕਦੇ ਹੋ ਤੁਸੀਂ